ਹੁਣ ਮਾਲੀ ਹੁਣ ਤੇਲ ਮੁੱਕਿਆ ਤਾਂ ਠੰਡੀ ਜਗ੍ਹਾ ਬੈਠੇ, ਕਿਆ ਵਜ੍ਹਾ ਯਾਰ ਨੌਜਵਾਨੋ, ਕਿਆ ਹੋਇਆ ਲਾ? ਬੋਲੋ ਨਾ ਜੀ ਭਾਈ, ਜ਼ਿਲ੍ਹੇ ਸਰ ਮੀਰਪੁਰ ਯੂਨੀਵਰਸਿਟੀ। ਅੱਛਾ, ਯੂਨੀਵਰਸਿਟੀ ਵਿੱਚ ਇਹਨਾਂ ਦੀਆਂ ਕਲਾਸਾਂ ਸਰ ਪੈਟਰੋਲ ਮੁੱਕੀ ਆ ਨੇ, ਹੁਣ ਜਾਏ ਨਹੀਂ ਸਕਦੇ। ਅੱਛਾ, ਹੁਣ ਜਿਸਾ ਮੁੱਲ ਬੰਦ ਹੈ, ਬੰਦ ਬੰਦ ਯੂਨੀਵਰਸਿਟੀ ਜਾਸੀ। ਹੋਏ ਹੋਏ ਹੋਏ, ਤੁਸੀਂ ਕਿਆ ਬਣਿਆ ਜੀ? ਸਰ ਬਹੁਤ ਰਸਤਾ ਲਿਆ ਤਾਂ ਕੁਝ ਸਾਰੇ ਸਾਹਮਣੇ ਜੁਮਾ ਪੜੀ ਤਾਂ ਆਇਆ। ਅੱਛਾ, ਪੈਟਰੋਲ ਕੋਈ ਨਹੀਂ ਲੱਭਣਾ ਪਿਆ, ਛੇ ਵਾਰ ਜਾਣੇ ਸਨ ਪੇ ਬੱਚੀਆਂ ਨੇ ਤਾਂ ਜੁਮਾ ਸੀ। ਅੱਛਾ, ਪੈਟਰੋਲ ਹੀ ਨਹੀਂ ਲੱਭਣਾ ਪਿਆ, ਪਾਕਿਸਤਾਨੀ ਗਵਰਨਮੈਂਟ ਇਹ ਜਿਹੜਾ ਟੋਪੀ ਲਾਇਕ। ਅੱਛਾ, ਫਿਰ ਕਿਆ ਆਣਿਆ, ਪੈਟਰੋਲ ਨਹੀਂ ਲੱਭਣਾ ਤਾਂ ਨਹੀਂ ਲੱਭਣਾ ਪਿਆ ਸਰ, ਬਹੁਤ ਰਸਤਾ ਲਿਆ। ਚੇਅਰਮੈਨ ਦਾ ਕੈਮਰਾ ਮਾਰੋ, ਇਧਰ ਆ ਸਾਡੇ ਚੇਅਰਮੈਨ। ਚੇਅਰਮੈਨ ਸਾਹਿਬ ਕਿਆ ਆਣਿਆ, ਅਸਲਾ ਬੋਲ ਕਹਿਣਾ ਕਿਆ ਬਣ ਸੀ ਇਹਨਾਂ ਕਰਨੀ ਹੈ, ਉਹ ਬੜਾ ਚੇਅਰਮੈਨ ਹੈ, ਬੰਦ ਕਰਨ ਜੀ 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 ਮਾਸ਼ਾਅੱਲਾ ਜੀ, ਬੜੀ ਅੱਛੀ ਰਾਏ ਆ। ਬਾਕੀ ਨੌਜਵਾਨ ਠੰਡੀ ਜਗ੍ਹਾ ਖਲਦੇ ਨੇ, ਬਿਲਕੁਲ ਪੈਟਰੋਲ ਕੋਲ ਨਹੀਂ ਲੱਭਣਾ, ਇਹ ਕਹਾਈ ਆ ਇਸਕੀ। ਚਾਹ ਜੀ ਦੋਸਤੋ, ਜੈਸੇ ਆਵਾਮ ਬੜੀ ਵਿਚਾਰੀ ਠੰਡੀ ਹੋਈ ਵੀ ਹੈ ਤਾਂ ਬੜੇ ਠੰਡੇ ਹੋਏ ਅੰਦਰ ਬੈਠੇ ਹੋਏ, ਪੈਟਰੋਲ ਕੋਲ ਨਹੀਂ ਤਾਂ ਪਰ ਸਕੂਨ ਮੁਹੱਲੀ 'ਚ ਆਵਾਮ, ਕਿਆ ਸਮਝਿਆ ਜੀ ਮੀਰ ਸਾਹਿਬ? ਸਾਰੀ ਗੱਲ ਹੈ, ਪਾਣੀ ਵੀ ਇੱਥੇ ਰਿਹਾ ਸਾਂ, ਹੁਣ ਤੇਲ ਜਿਹਨਾਂ ਤੱਕ ਨਹੀਂ ਦੇਣੇ, ਇਤਨੀ ਦੇਰ ਇੱਥੇ ਲੈ ਆ, ਇੱਥੇ ਹੀ ਅੰਦਰ ਹੀ ਲੇਟੇ ਬੰਦਾ ਗਏ ਆ, ਬਿਸਤਰਾ ਕਿੰਨੇ ਵਾਸਾ ਇਹਨਾਂ ਨੂੰ, ਰਾਤੀ ਸੈਸ਼ਨ ਵੀ ਇੱਥੇ ਹੀ ਹੈ ਆ, ਤਾਂ ਮਗਰ ਹੈ ਬੜੀ ਕਿਆ ਵਾ ਜਾਂ ਸਕੂਨ ਜਿਹੜਾ ਮਾਹੌਲ ਹੈ। ਬੱਚੇ ਨੇ ਯੂਨੀਵਰਸਿਟੀ ਵਿੱਚ ਕੋਈ ਪੇਪਰਾਂ ਸ਼ੇਪਰਾਂ ਦਾ ਮਾਮਲਾ ਕਰਨਾ ਸੀ ਤਾਂ ਉਸਨੇ ਕੋਲ ਤੇਲ ਹੀ ਕੋਈ ਆ, ਉਹ ਹੁਣ ਇਤਜਾਜ ਹੀ ਕਰਿਆ, ਅਸਾਂ ਵੀਡੀਓ ਬਣਾਈ ਨਾ ਝੜਾਂ 40 ਜੋੜ ਸਾਂ, ਹੋਰ ਆਖਰੀ ਹਾਲ ਹੀ ਆਈ ਆ ਭਾਅ ਜੀ। ਤਾਂ ਹੁਣ ਆ ਤੱਕ ਰੋਡ ਬਿਲਕੁਲ ਸੁਨਸਾਨ ਹੈ, ਬੰਦੇ ਨਾ ਪੁੱਤਰ ਵੀ ਨਹੀਂ ਫਿਰਨਾ, ਕੀ ਅੰਜੇ ਪੈਟਰੋਲ ਲੱਭ ਸੀ ਜਾਂ ਜੁਮਾ ਛੁਮਾ ਪੜ ਗਿਆ, ਇਹ ਜੁਮਾ ਪੜੀ ਤਾਂ ਛਣੇ ਪੈਣ, ਕੀ ਅੰਜੇ ਇਹਨਾਂ ਦੀ ਹਾਲਾਤ ਖਰਾਬ ਹੀ ਦਿਸਣੀ ਐਵੇਂ ਕੀ ਅੰਜੇ ਜਿਹੜਾ ਜੁਮਾ ਪੜੀ ਤਾਂ ਸੀ ਨਾ, ਉਹ ਜਿਹੜਾ ਕੋਈ ਝੁੰਡੀ ਹੋ ਸੀ ਉਹ ਸਾੜੀ ਤਾਂ ਬਹਿ ਰਹੇ ਸੀ, ਬਾਕੀ ਕੱਲ ਦੱਸਾਂ ਬਾਕੀ ਹਾਲਾਤ ਜਿਵੇਂ ਜੀ ਅਸਾਂ ਕੋਈ ਨਵੇਂ ਨਜ਼ਰ ਅਛਣੇ ਨਾ ਅਸਾਂ ਨਾਲ ਥੋੜ੍ਹੇ ਥੋੜ੍ਹੇ ਸ਼ੇਅਰ ਕਰਨੇ ਰਹੇ ਸਾਂ, ਮਗਰ ਇੱਕ ਗੱਲ ਹੋਰ ਦੋਸਤੋ ਤੁਸੀਂ ਕੀ ਦੱਸਾਂ, ਅਸਲ ਮੁਕਾਉਣ ਪਤਾ ਕਿਹੜਾ, ਦੁਨੀਆ ਪਰ ਜਿਤਨਾ ਮਰਜ਼ੀ ਕਾਪੀ ਕਿਨੋ, ਇਹ ਸੰਘੇ ਮਰ ਮਰਨ ਦੀ ਜਨਾਬ ਫੈਕਟਰੀ ਹੈ ਤਾਂ ਨਾਲ ਹੀ ਆ ਕਬਰ ਤਿਆਰ ਹੈ, ਇਹ ਨਹੀਂ ਪਤਾ ਕਿਹੜੇ ਬੰਦੇ ਪਰ ਫਿੱਟ ਹੋ ਸੀ, ਨਸੀਬਾਂ ਵਾਲਾ ਬੰਦਾ ਅਸਲ ਮੁਕਾਮ ਹੀ ਹੈ ਦੋਸਤੋ, ਇਹ ਤਾਂ ਕੀ ਸਕੋ, ਬਾਕੀ ਫੀ ਮਾਣ ਅੱਲਾ ਅੱਲਾ ਸੁਣੇ ਨਾ ਵਾਲਾ, ਦੁਆ ਵੀ ਯਾਦ ਰੱਖਣਾ, ਹੁਣ ਅਸਾਂ ਵੀ ਪਸੀਨਾ ਪਾਣੀ ਨਾਲ ਵੀ ਟੈਕਸ ਹੈ ਪਾਣੀ ਨਾਲ, ਮਾਸ਼ਾਅੱਲਾ ਜੀ ਕੂਲਰ ਠੰਡਾ ਲਗਾ, ਪਾਣੀ ਤੱਕੋ ਤਾਂ ਸਹੀ ਜੀ ਮੀਰ ਸਾਹਿਬ ਹੈ, ਜਜ਼ਾਕ ਅੱਲਾ ਜੀ, ਜਿਸ ਕੂਲਰ ਬੰਦੇ ਲਾਇਆ ਅੱਲਾ ਤਾਲਾ ਜਨਾਬ ਕਰਮ ਕਰਿਆ ਨੇਕੀਆਂ ਉਸਨੇ, ਚਲੋ ਠੀਕ ਹੈ, ਪਾਣੀ ਕੋਣੀ ਆਈ ਜਾਓ ਜੀ, ਕੋਈ ਠੰਡਾ ਪਾਣੀ ਪਿਲਾਉਣੇ ਆ ਤੁਸਾਂ ਕੀ, ਠੀਕ ਹੈ ਦੋਸਤੋ, ਦੁਆ ਵੀ ਯਾਦ ਰੱਖਣਾ, ਅੱਲਾ ਸੁਣਨੇ ਵਾਲਾ ਹੈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ ਨੈਕਸਟ ਵੀਡੀਓ ਨਾਲ, ਬਾਕੀ ਹਾਲਾਤ ਬੜੇ ਖਰਾਬ ਹੋਣਾ ਆਵਾਮ ਨੇ, ਪੈਟਰੋਲ ਨਹੀਂ ਲੱਭਣਾ ਜਿਸਦੀ ਵਜ੍ਹਾ ਤੋਂ ਕੌਮ ਸਖਤ ਪਰੇਸ਼ਾਨ ਹੈ।